ਕਿੰਨੇ ਸਾਲ ਹੋ ਗਏ ਰਹਿੰਦੇ ਨੂੰ ਉਹ ਬਸ ਨੀ ਅੱਖਾਂ ਨੇ ਨੇ ਛੇੜੀ ਮੇਰੀਆਂ ਮੇਰਾ ਕੋਈ ਨਾ ਕਸੂਰ ਮੇਰੀ ਜਾਨ ਨੇ ਹਾਂਜੀ ਫਿਰ ਕੀ ਹਾਲ ਚਾਲ ਨੇ ਮੇਰੇ ਵੱਲੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਅਸੀਂ ਚੱਲੇ ਆ ਖਮਾਣੋ ਉੱਥੇ ਦੇ ਇੱਕ ਫੇਮਸ ਸਵੀਟ ਸ਼ਾਪ ਆ ਉਹ ਹੈਗੀ ਆ ਸੋਨੀ ਹਨਾ ਸੋਨੀ ਸਵੀਟ ਸੋਨੀ ਸਵੀਟ ਸ਼ਾਪ ਉੱਥੇ ਕਹਿੰਦੇ ਸਮੋਸਾ ਬਹੁਤ ਵਧੀਆ ਕਿੰਨੇ ਰੁਪਏ ਦਾ ਸਮੋਸਾ ਹੋਊਗਾ ਉੱਥੇ 12 ਰੁਪਏ ਦਾ 12 ਜਾਂ 15 ਰੁਪਏ ਦਾ ਸਮੋਸਾ ਹੋਊਗਾ ਉੱਥੇ ਕਹਿੰਦੇ ਬਹੁਤ ਵਧੀਆ ਮਤਲਬ ਸਮੋਸੇ ਮਿਲਦੇ ਨੇ ਬਹੁਤ ਸਵਾਦ ਹੁੰਦੇ ਨੇ ਮਾਮਾ ਜੀ ਕਹਿੰਦੇ ਸਪੈਸ਼ਲ ਖੰਨੇ ਤੋਂ ਖਮਾਣੋ ਚੱਲੇ ਆ ਇੱਕ ਸਮੋਸਾ ਲੈਣ ਲਈ ਘਰਦਿਆਂ ਲਈ ਵੀ ਲੈ ਕੇ ਜਾਵਾਂਗੇ ਸਮੋਸੇ ਘਰਦਿਆਂ ਦਾ ਵੀ ਪੁੱਛਾਂਗੇ ਰਿਐਕਸ਼ਨ ਕੀ ਆ ਉਹਨੂੰ ਖਾ ਕੇ ਵੀ ਵਧੀਆ ਹੈਗੇ ਨੇ ਕਿ ਨਹੀਂ ਤੁਹਾਨੂੰ ਜਗ੍ਹਾ ਵੀ ਦਿਖਾਣੇ ਆ ਸਵੀਟ ਸ਼ਾਪ ਵੀ ਦਿਖਾਣੇ ਆ ਹੁਣ ਤੁਹਾਨੂੰ ਉੱਥੇ ਮਿਲਾਂਗੇ ਲੋ ਜੀ ਸੋਨੀ ਸਵੀਟ ਵਾਲਿਆਂ ਦੇ ਆ ਗਏ ਖਮਾਣੋ ਕਹਿੰਦੇ ਸਮੋਸੇ ਬਹੁਤ ਵਧੀਆ ਨੇ ਅੰਦਰੋਂ ਦੇਖਦੇ ਆ ਆ ਦੇਖੋ ਸੋਨੀ ਸਵੀਟ ਲੈ ਕੇ ਆਇਆ ਬੰਦੇ ਦਾ ਆ ਸੋਨੀ ਸਵੀਟ ਹੈ 12 ਕਿਆ 12 ਕਿਨੇ ਖਾਣੇ ਆ ਸਮੋਸੇ ਲੈ 12 ਲੈ 10 6 ਸਮੋਸੇ ਖਾਣੇ ਆ ਦੇਖੋ ਉਰੋਂ ਪਰਚੀ ਕਟਾਣੀ ਪੈਂਦੀ ਆ ਅੰਦਰੋਂ ਦੇਖਦੇ ਆ 8 ਸਮੋਸੇ ਕਰਾਣੇ ਆ ਹੈਗਾ ਸੋਨੀ ਸਵੀਟ ਸਾਰਾ ਸਮਾਨ ਰੱਖਿਆ ਹੋਇਆ ਬਾਈ ਨੇ ਅੰਦਰੋਂ ਵਧੀਆ ਬਣੀਦੀ ਆ ਰੁੱਕ ਹਾਂਜੀ ਆ ਗੋਲਡਨ ਪੈਕ ਕੌਰਨ ਪਫ ਮੈਜਿਕ ਮਸਾਲਾ ਉਹ ਐਂ ਕਰ ਗੋਲਡੀ ਨਾ ਜੀ ਪਰਚੀ ਕਟਾ ਲਾ ਕਟਾ ਲਓ 10 ਮੈਂ ਦੇਣਾ ਮਾਮਾ ਜੀ ਮਾਮਾ ਪੈਸੇ ਦੇ ਰਿਹਾ ਇਹਨੂੰ ਬਾਅਦ ਚ ਦੇਣੇ ਪੈਣੇ ਆ ਆਣਾ ਕੋ ਸਾਰਾ ਕੁਝ ਹੈ ਖਾਣ ਪੀਣ ਨੂੰ ਸੋਨੀ ਸਵੀਟਸ ਵਾਲਿਆਂ ਦੇ ਆਏ ਹੋਏ ਅੰਦਰੋਂ ਅੰਦਰੋਂ ਵੀ ਵਧੀਆ ਬਣਾਇਆ ਹੋਇਆ ਖਾਣ ਪੀਣ ਨੂੰ ਵਧੀਆ ਆਣਾ ਹੋਵੇ ਇੱਕ ਵਾਰੀ ਜ਼ਰੂਰ ਆ ਕੇ ਦੇਖੋ ਵਿਜ਼ਿਟ ਕਰਿਓ ਇਹ ਖਮਾਣੋ ਦੇ ਵਿੱਚ ਆਈ ਸੋਨੀ ਸਵੀਟਸ ਜ਼ਰੂਰ ਵਿਜ਼ਿਟ ਕਰਿਓ ਅੰਦਰ ਦੇਖ ਚਾਨਣੇ ਚਾਨਣ ਸ਼ੀਸ਼ੇ ਸ਼ੀਸ਼ੇ 'ਚ ਮੈਂ ਨਹੀਂ ਦਿਖਦਾ ਜੀ ਇਹ ਪੂਰੇ ਮੈਨੂੰ ਮੇਰੇ ਮਾਮਾ ਜੀ ਲੈ ਕੇ ਆਏ ਨੇ ਕਹਿੰਦੇ ਬਹੁਤ ਵਧੀਆ ਸਮੋਸੇ ਨੇ ਸਪੈਸ਼ਲ ਇਹਨਾਂ ਕਰਕੇ ਆਇਆ ਖੰਨੇ ਤੋਂ ਮੈਂ ਖੰਨੇ ਤੋਂ ਖਮਾਣੋ ਸਪੈਸ਼ਲ ਸਮੋਸੇ ਖਾਣੇ ਇਹਨਾਂ ਕਰਕੇ ਆਇਆ ਦੇਖਦੇ ਨਾ ਸਵਾਲ ਹੋਏ ਪੈਸੇ ਲੈ ਲੈਣੇ ਸਾਰੀ ਲੰਬਾ ਦੇ ਦੇਣਾ ਭਾਜੀ ਜੀ ਠੀਕ ਆ ਇਹ ਅਮਰ ਰਤੀਆ ਨੇ ਹਨਾ ਅਮਰ ਰਤੀਆ ਕਿ ਜਲੇਬੀ ਆ ਇਹ ਤਾਂ ਜਲੇਬੀ ਆ ਉਹ ਅਮਰ ਰਤੀਆ ਮੱਲਾ ਦਾ ਆ ਬਾਈ ਨੂੰ ਦੇਣੇ ਆ 10 ਸਮੋਸੇ ਕਰਾਇਆ ਕਿੰਨੇ ਲੱਗੇ 10 ਸਮੋਸੇ ਲੈ ਭੁੱਲੇ ਗਏ ਦੇਖ ਤਾਂ ਲੈਂਦੇ ਉਹ ਤਾਂ ਰੇਟ ਕਿੰਨਾ 60-80 ਰੁਪਏ ਮੁੜਿਆ 120 ਰੁਪਏ ਦੇ 10 ਸਮੋਸੇ ਦੇਖਦੇ ਹਾਂ ਹੁਣ ਸਮੋਸੇ ਕਿੰਨੇ ਕੁ ਬਾਈ ਗਰਮ ਨੇ ਗਰਮ ਨੇ ਕਹਿੰਦਾ ਠੀਕ ਆ ਖੰਨੇ ਤੋਂ ਖਮਾਣੋ ਸਿਰਫ ਸਮੋਸੇ ਲੈਣ ਆਏ ਇੰਨੀ ਦੂਰੋਂ ਦੇਖਦੇ ਹਾਂ ਸਵਾਦ ਹੈ ਕਿ ਨਹੀਂ ਘਰਦਿਆਂ ਨੂੰ ਪੁੱਛਾਂਗੇ ਸਵਾਦ ਲੱਗੇ ਕਿ ਨਹੀਂ ਠੀਕ ਨਹੀਂ ਮਾਮਾ ਜੀ ਵਧੀਆ ਲੱਗਿਆ ਮੈਨੂੰ ਸ਼ਾਮ ਨੂੰ ਫੋਨ ਕਰਕੇ ਦੱਸਾਂਗੇ ਇਹਨਾਂ ਨੂੰ ਫੋਨ ਕਰਕੇ ਦੱਸਾਂਗੇ ਵਧੀਆ ਕਿ ਨਹੀਂ ਖੰਨੇ ਤੋਂ ਖਮਾਣੋ ਆਉਣਾ ਕੋਈ ਸੌਖੀ ਗੱਲ ਥੋੜ੍ਹਾ 1-2 ਘੰਟੇ ਲੱਗ ਗਏ ਸਾਨੂੰ ਰਸ਼ ਵੀ ਬਹੁਤ ਆ ਫਾਟਕ ਵੀ ਲੱਗਣ ਉੱਥੋਂ ਸੜਕ ਵੀ ਟੁੱਟੀ ਹੋਈ ਆ ਉਹ ਬਹੁਤ ਜ਼ਿਆਦਾ ਹੁਣ ਤੁਹਾਨੂੰ ਦਿਖਾਉਂਦੇ ਅੱਗੇ ਲਓ ਜੀ ਸਮੋਸੇ ਆਪਾਂ ਲੈ ਲਏ ਨੇ ਹੁਣ ਆਪਾਂ ਚੱਲਿਆ ਮੈਂ ਤਾਂ ਮਾਮੇ ਨੂੰ ਪਹਿਲਾਂ ਪਿੰਡ ਛੱਡਣਾ ਫਿਰ ਆਪਾਂ ਘਰ ਜਾਣਾ ਘਰ ਜਾ ਕੇ ਫਿਰ ਖਾਵਾਂਗੇ ਸਮੋਸੇ ਆਰਾਮ ਨਾਲ ਘਰਦਿਆਂ ਨਾਲ ਠੀਕ ਨਹੀਂ ਘਰਦਿਆਂ ਨਾਲ ਹੀ ਖਾਣਾ ਚਾਹੀਦਾ ਮਾਮੇ ਨੇ ਮੇਰੇ ਨਾਲ ਜਾਣਾ ਨਹੀਂ ਮਾਮੇ ਨੇ ਜਾਣਾ ਕੰਮ 'ਤੇ ਬੈਠ ਕੇ ਆਪਾਂ ਆਪਣੀ ਪਿਆਰੀ ਦੇ ਵਿੱਚ ਮਾਮੇ ਹੈਗਾ ਫੋਨ ਗੱਡੀ 'ਚ ਮਾਮੇ ਦਾ ਫੋਨ ਚੋਰੀ ਹੋ ਜਾਣਾ ਸੀ ਕਹਿੰਦੇ ਗੱਡੀ 'ਚ ਭੁੱਲ ਕੇ ਬਹਿ ਗਏ 120 ਰੁਪਏ ਦੇ ਲੱਗੇ ਸਾਨੂੰ 10 ਸਮੋਸੇ 200 ਰੁਪਏ ਦਿੱਤਾ ਸੀ ਮਾਮੇ ਨੂੰ ਹੁਣ 120 ਰੁਪਏ ਦੇਣੇ ਆਪਾਂ ਲੱਡੂ ਇਹਨਾਂ ਲੱਡੂ ਆ ਇਹਦੇ ਛੋਟੇ ਭਾਈ ਦਾ ਨਾਮ ਗਲਾ ਜਾਮਣ ਕਹਿ ਜੀਗਾ ਜੀ ਨਾ ਰੱਖੋ ਇਹਨੇ ਪਿੰਡ ਵਾਲੇ ਲੱਡੂ ਕੁਛ ਕਹੇਗਾ ਕਹਿ ਕੁਛ ਲੋਕਾਂ ਨੂੰ ਕੁਛ ਕਹਿ ਪਹਿਲਾਂ ਕਹਿੰਦਾ ਵੀਡੀਓ 'ਚ ਆਉਣਾ ਹੁਣ ਬੋਲਦਾ ਨਹੀਂ ਕਹੀਂ ਤਾਂ ਸਹੀ ਕੁਛ ਤਾਂ ਕਹਿ ਹੁਰਲਾ ਹੁਰਲਾ ਕਰ ਲੈ ਸਕੂਲ ਲੱਡੂ ਦੇ ਕਹਿੰਦੇ ਪੈਗ ਲੱਗੇ ਹੋਏ ਨੇ ਛੋਟੀ ਉਮਰ 'ਚ ਪੈਗ ਲਾਉਣ ਲੱਗ ਗਿਆ ਲੱਡੂ ਤੂੰ ਇਹ ਕੋਈ ਗੱਲਬਾਤ ਆ ਆ ਪਾਵਾਂ ਲੈ ਆ ਰਿਹਾ ਲੱਡੂ ਦਾ ਭਾਈ ਗੁਲਾਬ ਜਾਮਣ ਸੌਰ ਜੀ ਠੀਕ ਆ ਆ ਯਾਰ ਨੂੰ ਆ ਯਾਰ ਤੇ ਵੀਡੀਓ ਬਣਾਵਾ ਆਏ ਲੱਡੂ ਦਾ ਭਾਈ ਗੁਲਾਬ ਉਹ ਕੁਛ ਕਹੀਂ ਲੋਕਾਂ ਨੂੰ ਹਾਸੀ ਹੋ ਜਾਂਦਾ ਚੱਲ ਕਹਿ ਗੁਲਾਬ ਜਾਮਣ ਚੱਲ ਰਹੀ ਆ ਯਾਰ ਬੋਲਦੇ ਨਹੀਂ ਹੈਗੇ ਉਹ ਦੇ ਕਿਵੇਂ ਬੋਲਣ ਲੱਗਾ ਹੋਇਆ ਉਹ ਲੱਡੂ ਬੋਲੀ ਕੁਛ ਡਾਂਸ ਸਟੈਪ ਕਰਦੇ ਲੋਕਾਂ ਨੂੰ ਛਮਕ ਛੱਲੋ ਛਮਕ ਛੱਲੋ ਹੈ ਲੈ ਕੀ ਆ ਕਿਤਨਾ ਭੱਜ ਗਏ ਲੱਡੂ ਨੇ ਇਹਦਾ ਹੀ ਖਾ ਲਿਆ
आ लड्डू आ गुलाब जामुन पिस्ता बदम मखण सारा कुछ उरे मिलना देखा जेडी मिठाइयों की दुकान से मिलता सी उरे चक्की फिर रोड़ा ते कदों गए थे साल हो गया सानू गई नू साल हो गया अज घर मुड़िया वो चंदा खोलिया तेन को तो साल किन्ने साल हो गए रेंदे बस नी अखा ने ले शेड़ी मेरिया मेरा कोई ना कसूर मेरी जान ने ये है पिंड के जवाक बड़े खतरनाक ने यह शर्मांदा वह भज गया लै क्यों चढ़ाई मारा मुट्टा आ ले तू तो बोल ला निकला जमन की यार मैं लाख किन्ने कबूतर छटे हैं किन्ने कबूतर के 112 112 क्या 112 कबूतर कबूतर उन्होंने जित हार का फैसला होना किन्ने रह गए छटे हैं किन्ने रह गए अजे तो रहने आ 80 कबूतर से रहने आ नहीं बोल ले ला 20 रहे 20 तो कटे गए तो व्लॉग बढ़िया लगा लाइक कमेंट शेयर तो सब्सक्राइब जरूर करियो जय हिंद लो जी घर आप पहुंच चुके हैं आ पाए ने समोसे आ पाई खाली बोतल सोडा तो उन्होंने मैंने गाला कटनी तो सोडा बहुत पीना दो तीन दिन हो गए लगातार सोडा ही पी जन्ना गेट आप पहले खिलाता ही घर का वह बैठा साढ़ा शेरू आप घर के अंदर गड्डी खड़ाती अंदर पार्क बनाया घर के अंदर छोटा जहा बनाया हुआ आप गड्डी खड़ा किसी ने नहीं आना भी कोई समान चक लवे आप ही चकना समान समान चकिया गड्डी गड्डी बंद उतर आप बाहर इन मिल लो हाँ भी की हाल है ठीक है हम आप लाना गेट करद तो पुछागे समोसे क्या जी लगे लग जा ओ लग जा लगता नहीं खमानो तो स्पेशल समोसे लेके आए हैं हाँ भी की हाल है ठीक है एंट्री होगी उधर बैठे ने अपने आप चक के पाण गए समोसे जी रसोई च मैं रख देने जिन्हें पाने हुए अपने आप पा लेंगे समोसे खाने शुरू कर कह जहा लगे समोसे तो खादा ही नहीं है मम्मी ने डैडी दसन गए डैडी खा के दस्यो कह जा कोई रेटिंग दस चो किन्ने नंबर साढ़े नौ तुसी ठीक है चलो जी समोसा पास हो गया हम समोसे खाने आप व्लॉग वधिया लगे लाइक कमेंट शेयर ते सब्सक्राइब जरूर करो टाटा।